ਲਾਹੌਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਖਾਈ। ਉੱਥੋਂ ਦਾ ਇੱਕ ਸ਼ਾਹੂਕਾਰ ਬਹੁਤ ਧਨਵਾਨ, ਮਾਇਆ ਦੀ ਕਮੀ ਨਹੀਂ, ਪਦਾਰਥਾਂ ਦੀ ਕਮੀ ਨਹੀਂ। ਨਾਮ ਆਇਆ ਜੀ ਪ੍ਰੇਮ ਚੰਦ। ਵੱਡੇ ਘਰਾਣੇ ਦੇ ਨਾਲ ਸੰਬੰਧ ਰੱਖਦਾ ਹੈ। ਮਾਤਾ ਪਿਤਾ ਜੀ ਨੇ ਬੜੇ ਲਾਡਾਂ ਦੇ ਨਾਲ ਇਹਨੂੰ ਪਾਲਿਆ। ਜੋ ਮੰਗਦਾ ਹੈ ਉਹ ਲੈ ਕੇ ਦਿੰਦੇ ਨੇ ਇਹਨੂੰ। ਕਿਸੇ ਚੀਜ਼ ਦੀ ਕਮੀ ਨਹੀਂ, ਪਦਾਰਥਾਂ ਦੀ ਕਮੀ ਨਹੀਂ, ਧਨ ਦੀ ਕਮੀ ਨਹੀਂ। ਵਿਚਰਦਿਆਂ ਵਿਚਰਦਿਆਂ ਪ੍ਰੇਮ ਚੰਦ ਜੀ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ। ਜਦੋਂ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ, ਇਹ ਪ੍ਰੇਮ ਚੰਦ ਨੂੰ ਸੰਗਤ ਮਾੜੀ ਹੋ ਗਈ, ਗਲਤ ਸੰਗਤ ਹੋ ਗਈ। ਇਹਨੇ ਜੂਆ ਖੇਡਣਾ ਸ਼ੁਰੂ ਕਰ ਦਿੱਤਾ, ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਹੋਰ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ। ਇਹਨੇ ਸੰਗਤ ਮਾੜੀ ਹੋ ਗਈ ਜੀ। ਕਬੀਰ ਮਾਰੀ ਮਰੂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਭਗਤ ਕਬੀਰ ਜੀ ਤੁਰੇ ਜਾ ਰਹੇ ਸਨ, ਬੜੀ ਮੱਠੀ ਮੱਠੀ ਹਵਾ ਚੱਲ ਰਹੀ ਹੈ ਤੇ ਕੀ ਵੇਖਦੇ ਨੇ, ਇੱਕ ਕਿਲੇ ਦਾ ਦਰਖਤ ਹੈ, ਕੋਲ ਇੱਕ ਬੇੜੀ ਦਾ ਦਰਖਤ ਹੈ। ਜਦੋਂ ਹਵਾ ਦੇ ਨਾਲ ਬੇੜੀ ਝੂਲਦੀ ਹੈ, ਉਹ ਬੇੜੀ ਦੇ ਕੰਡੇ ਕੇਲੇ ਦੇ ਪੱਤਿਆਂ ਵਿੱਚ ਖੁੱਭਦੇ ਨੇ। ਉਹ ਝੂਲਦੀ ਹੈ ਤਾਂ ਕੇਲੇ ਦੇ ਪੱਤਿਆਂ ਨੂੰ ਚੀਰਦੀ ਹੈ ਜੀ। ਹੁਣ ਭਗਤ ਕਬੀਰ ਜੀ ਸੋਚਦੇ ਨੇ, ਕਹਿੰਦੇ ਇਹ ਕੇਲਿਆਂ ਦਾ ਕੀ ਕਸੂਰ, ਇਹ ਕੰਡੇ ਕੇਲੇ ਦੇ ਪੱਤਿਆਂ ਨੂੰ ਚੀਰਦੇ ਪਏ ਨੇ। ਫਿਰ ਨਾਲ ਹੀ ਕਹਿੰਦੇ ਨਹੀਂ, ਕਸੂਰ ਬਸ ਇਹੋ ਹੀ ਹੈ, ਕੇਲਿਆਂ ਨੂੰ ਸੰਗਤ ਗਲਤ ਹੋ ਗਈ, ਭਾਵ ਸੰਗਤ ਇਹਨੂੰ ਕੰਡਿਆਂ ਦੀ ਹੋ ਗਈ। ਨਾਲ ਹੀ ਫਿਰ ਇਹ ਸਲੋਕ ਉਚਾਰਨ ਕੀਤਾ, ਕਬੀਰ ਮਾਰੀ ਮਰੂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਉਹ ਝੂਲੇ ਉਹ ਚੀਰੀਏ ਸਾਕਤ ਸੰਗਣਾ ਹੀਰ। ਕਹਿੰਦੇ ਉਹ ਝੂਲਦੀ ਹੈ ਤੇ ਨਾਲ ਕੇਲੇ ਦੇ ਪੱਤਿਆਂ ਨੂੰ ਚੀਰਦੀ ਪਈ ਹੈ। ਇਹ ਸਾਕਤ ਦੀ ਸੰਗਤ ਦਾ ਗੁਰਮੁਖ ਇਹੋ ਜਿਹਾ ਅਸਰ ਹੁੰਦਾ ਹੈ। ਕਬੀਰ ਸਾਕਤ ਸੰਗ ਨ ਕੀਜੀਏ, ਦੂਰੋਂ ਜਾਈਏ ਭਾਗ। ਇਹਦੇ ਬੜੇ ਮਿੱਤਰ ਬਣ ਗਏ, ਵੀ ਤੂੰ ਸਾਡਾ ਮਿੱਤਰ ਹੈ। ਬੜੇ ਦੋਸਤ ਬਣ ਗਏ, ਉਹ ਰਿਸ਼ਤੇਦਾਰ ਵੀ ਇਹਦੇ ਕੋਲ ਆਉਣਾ ਸ਼ੁਰੂ ਕਰ ਦਿੱਤਾ। ਇਕੱਠਿਆਂ ਖਾਣਾ ਪੀਣਾ, ਗਲਤ ਕੰਮ ਕਰਨਾ, ਨਸ਼ੇ ਕਰਨੇ। ਹੁਣ ਗੁਰਮੁਖੋ ਸਤਸੰਗੀਓ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਹੁਣ ਜਿਹੋ ਜਿਹੀ ਸੰਗਤ ਹੈ ਉਹੋ ਜਿਹਾ ਫਿਰ ਫਲ ਮਿਲਦਾ ਹੈ। ਗਲਤ ਕੰਮ ਕਰਨੇ, ਗਲਤ ਬੰਦਿਆਂ ਦੀ ਸੰਗਤ, ਹੁਣ ਇਹਨੂੰ ਉਹ ਸੰਗਤ ਦਾ ਫਲ ਮਿਲਣ ਲੱਗਾ ਜੀ। ਕੀ ਹੋਇਆ, ਸਰੀਰ ਨੂੰ ਕੋਹ ਹੋ ਗਿਆ, ਸਰੀਰ ਰੋਗੀ ਹੋ ਗਿਆ। ਜਦੋਂ ਸਰੀਰ ਨੂੰ ਕੋਹ ਹੋਇਆ, ਬੜੇ ਇਲਾਜ ਕਰਾਏ ਪਰ ਇਲਾਜ ਕਿਤੇ ਨਹੀਂ ਹੋਇਆ। ਕੋਹ ਦਿਨੋਂ ਦਿਨ ਵੱਧਦਾ ਗਿਆ, ਧਨ ਵੀ ਖਤਮ ਹੋ ਗਿਆ, ਸਾਕ ਸੰਬੰਧੀ ਮਿੱਤਰ ਵੀ ਇਹਦਾ ਸਾਥ ਛੱਡ ਕੇ ਚਲੇ ਗਏ। ਕਿਉਂ, ਇਹ ਕੋਹ ਦਾ ਰੋਗ ਛੂਤ ਦਾ ਰੋਗ ਹੈ। ਇਹ ਛੂਤ ਦਾ ਰੋਗ ਹੈ,
ਸਾਥ ਸੰਬੰਧੀ ਮਿੱਤਰ ਵੀ ਰਿਸ਼ਤੇਦਾਰ ਵੀ ਸਾਥ ਛੱਡ ਕੇ ਚਲੇ ਗਏ। ਪਰ ਦੇਣਾ ਸੁੱਖ ਮੇਂ ਆਨ ਬਹੁਤ ਮਿਲ ਬੈਠਤ, ਰਹਿਤ ਚਹੋਂ ਦਿਸ ਘੇਰੇ, ਬਿਪਤ ਭਰੀ ਸਭ ਹੀ ਸੰਗ ਛਾਡਤ, ਕਉ ਨਾ ਆਵਤ ਨੇਰੇ। ਜਦੋਂ ਦੁੱਖ ਦਾ ਸਮਾਂ ਹੁੰਦਾ ਉਦੋਂ ਸਾਰੇ ਫਿਰ ਭੱਜ ਜਾਂਦੇ ਨੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਸੰਸਾਰ ਦੀ ਪ੍ਰੀਤ ਇਹੋ ਜਿਹੀ ਹੈ, ਸੁੱਖ ਵੇਲੇ ਸਾਰੇ ਆ ਜਾਂਦੇ ਨੇ ਤੇ ਦੁੱਖ ਵੇਲੇ ਸਾਰੇ ਫਿਰ ਭੱਜ ਜਾਂਦੇ ਨੇ। ਇਹ ਬਹੁਤ ਦੁਖੀ ਹੈ। ਇੱਥੋਂ ਤੱਕ ਨਗਰ ਵਾਲੇ ਨੇ ਇਹਨੂੰ ਪਿੰਡੋਂ ਵੀ ਬਾਹਰ ਕੱਢ ਦਿੱਤਾ, ਜੋ ਬਾਹਰ ਮੇਨ ਸੜਕ ਜਾਂਦੀ ਹੈ। ਪ੍ਰੇਮ ਚੰਦ ਨੂੰ ਉਹ ਸੜਕ ਤੇ ਬਿਠਾ ਦਿੱਤਾ, ਗਲ ਤੇ ਇੱਕ ਭਾਂਡਾ ਪਾ ਦਿੱਤਾ, ਰੱਸੀ ਨਾਲ ਬੰਨ੍ਹ ਦਿੱਤੀ। ਆਉਂਦੇ ਜਾਂਦੇ ਕਿਸੇ ਨੂੰ ਤਰਸ ਆਉਣਾ ਤੇ ਦੂਰੋਂ ਹੀ ਰੋਟੀ ਸੁੱਟਣੀ ਵਿੱਚ। ਹੋਇਆ ਗੁਰਮੁਖੋ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਹੁਣ ਹਾਏ ਹਾਏ ਦੁੱਖ ਦੇ ਨਾਲ ਤਰਫਦਾ ਹੈ, ਹਾਏ ਹਾਏ ਕਰਦਾ ਹੈ, ਤਰਫਦਾ ਪਿਆ ਹੈ। ਤੇ ਸਤਸੰਗੀਓ, ਜਿਹੜੀ ਸੜਕ ਤੇ ਇਹਨੂੰ ਬਿਠਾਇਆ ਸੀ ਪਿੰਡ ਵਾਲਿਆਂ ਨੇ, ਉਹ ਸੜਕ ਇੱਥੇ ਜਾਂਦੀ ਸੀ ਗੋਇੰਦਵਾਲ ਸਾਹਿਬ। ਹੁਣ ਲੋਕ ਇਹਨੂੰ ਪ੍ਰੇਮ ਜੰਦ ਨੂੰ ਕੀ ਕਹਿੰਦੇ ਨੇ, ਪ੍ਰੇਮਾ ਕੋਰੀ, ਪ੍ਰੇਮਾ ਕੋਰੀ ਕਹਿਣਾ ਸ਼ੁਰੂ ਕਰ ਦਿੱਤਾ ਇਹਨੂੰ। ਕੋਈ ਪ੍ਰੇਮੇ ਕੋਰੀ ਦੇ ਲਾਗੇ ਨਾ ਜਾਇਓ, ਇਹ ਛੂਤ ਦਾ ਰੋਗ ਹੁੰਦਾ, ਕਿਤੇ ਰੋਗ ਲੱਗ ਨਾ ਜਾਵੇ। ਹੁਣ ਜਦੋਂ ਸੰਗਤਾਂ ਲੰਘਦੀਆਂ ਨੇ ਕੋਲੋਂ ਦੀ, ਪ੍ਰੇਮ ਦੇ ਵਿੱਚ ਪੜ੍ਹਦੀਆਂ ਨੇ, ਧੰਨ ਗੁਰੂ ਅਮਰਦਾਸ ਜੀ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸੰਗਤਾਂ ਪੜ੍ਹਦੀਆਂ ਨੇ, ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਜੀ, ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ ਜੀ। ਇਹਨੇ ਫਿਰ ਇੱਕ ਦਿਨ ਬੇਨਤੀ ਕੀਤੀ ਕਿ ਭਲੇ ਉਹ ਕਿੱਥੇ ਜਾ ਰਹੇ ਹੋ। ਸੰਗਤ ਨੂੰ ਬੇਨਤੀ ਕਰਦਾ ਵੀ ਭਲੇ ਉਹ ਕਿੱਥੇ ਜਾ ਰਹੇ ਹੋ, ਵੀ ਅਸੀਂ ਗੁਰੂ ਅਮਰਦਾਸ ਦੀ ਸ਼ਰਨ ਵਿੱਚ ਜਾ ਰਹੇ ਹਾਂ, ਵੀ ਮੈਨੂੰ ਲੈ ਜਾਓ, ਵੀ ਤੇਰਾ ਤਾਂ ਸਰੀਰ ਰੋਗੀ ਹੈ, ਤੈਨੂੰ ਕਿਵੇਂ ਲੈ ਜਾਈਏ। ਇਹਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਤੁਹਾਨੂੰ ਤੁਹਾਡੇ ਗੁਰੂ ਦਾ ਵਾਸਤਾ, ਜੇ ਜਿਸ ਗੁਰੂ ਦੇ ਦਰ ਤੇ ਤੁਸੀਂ ਜਾ ਰਹੇ ਹੋ ਨਾ, ਉਸ ਗੁਰੂ ਦਾ ਵਾਸਤਾ ਜੇ ਤੁਹਾਨੂੰ, ਮੈਨੂੰ ਵੀ ਇੱਕ ਵਾਰ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਲੈ ਜਾਓ। ਸੰਗਤ 'ਚ ਕੁਝ ਬੰਦਿਆਂ ਨੂੰ ਤਰਸ ਆਇਆ ਜੀ, ਫਿਰ ਗੱਡੇ 'ਤੇ ਬਿਠਾਇਆ ਇਹਨੂੰ। ਗੋਇੰਦਵਾਲ ਸਾਹਿਬ ਪਹੁੰਚੇ ਜਦੋਂ, ਵਾਰ ਵਾਰ ਹੀ ਗੁਰਮੁਖ ਇਹਨੂੰ ਬਿਠਾ ਦਿੱਤਾ, ਵਾਰ ਵਾਰ ਹੀ। ਹੁਣ ਇਹ ਵਾਰ ਵਾਰ ਬੈਠਾ ਹੈ, ਸੰਗਤਾਂ ਅੰਦਰ ਦਰਸ਼ਨ ਕਰਨ ਚਲੇ ਗਈਆਂ, ਹੁਣ ਉੱਥੇ ਬੈਠ ਕੇ ਇਹ ਗੁਰੂ ਗੁਰੂ ਕਰਦਾ ਜੀ। ਹੁਣ ਪਿਆਰ ਵਿੱਚ ਗੁਰੂ ਗੁਰੂ ਕਰਦਾ, ਕਿਉਂ? ਹਰ ਪਾਸਿਓਂ ਇਹਨੂੰ ਠੋਕਰਾਂ ਮਿਲ ਗਈਆਂ, ਹਰ ਪਾਸਿਓਂ। ਹੁਣ ਗੁਰੂ ਗੁਰੂ ਕਰਦਾ ਹੈ ਉੱਥੇ ਬੈਠ ਕੇ। ਇੱਕ ਦਿਨ ਕੋਲੋਂ ਦੀ ਬਾਬਾ ਬੁੱਢਾ ਸਾਹਿਬ ਵੀ ਲੰਘ ਰਹੇ ਨੇ ਤੇ ਆਖਣ ਲੱਗੇ, ਉਹ ਭਲਿਆ ਧੀਰਜ ਨਾ ਛੱਡੀ, ਇਹ ਪ੍ਰੇਮੇ ਕੋੜੀ ਨੇ ਹੱਥ ਜੋੜ ਲਏ। ਆਖਣ ਲੱਗਾ ਵੀ ਮੈਂ ਪਾਪ ਬੜੇ ਕੀਤੇ ਨੇ, ਗੁਨਾਹਾਂ ਬੜੇ ਕੀਤੇ ਨੇ। ਅੱਗੋਂ ਬਾਬਾ ਬੁੱਢਾ ਸਾਹਿਬ ਜੀ ਆਖਣ ਲੱਗੇ, ਉਹ ਪ੍ਰੇਮਿਆ, ਉਹ ਪ੍ਰੇਮਿਆ, ਇਹ ਗੁਰੂ ਨਾਨਕ ਦਾ ਘਰ ਹੀ, ਇਹ ਗੁਰੂ ਨਾਨਕ ਦਾ ਘਰ ਬੜਾ ਵੱਡਾ ਹੀ, ਇੱਥੇ ਵੱਡੇ ਵੱਡੇ ਪਾਪੀ ਵੀ ਬਖਸ਼ੇ ਗਏ, ਇੱਥੇ ਵੱਡੇ ਵੱਡੇ ਗੁਨਾਹਕਾਰ ਵੀ ਬਖਸ਼ੇ ਗਏ, ਇੱਥੇ ਵੱਡੇ ਵੱਡੇ ਚੋਰ ਵੀ ਬਖਸ਼ੇ ਗਏ, ਇੱਥੇ ਵੱਡੇ ਵੱਡੇ ਠੱਗ ਵੀ ਬਖਸ਼ੇ ਗਏ, ਗੁਰੂ ਨਾਨਕ ਦਾ ਘਰ ਬੜਾ ਵੱਡਾ ਹੀ। ਪ੍ਰੇਮਿਆ, ਇਹ ਗੁਰੂ ਨਾਨਕ ਦਾ ਘਰ ਬਹੁਤ ਵੱਡਾ ਹੀ, ਵੀ ਬੜੇ ਗੁਨਾਹ ਕੀਤੇ ਨੇ, ਬੜੇ ਪਾਪ ਕੀਤੇ ਨੇ। ਬਾਬਾ ਬੁੱਢਾ ਸਾਹਿਬ ਜੀ ਆਖਣ ਲੱਗੇ, ਉਹ ਪ੍ਰੇਮਿਆ ਧੀਰਜ ਨਾ ਛੱਡੀ, ਤੂੰ ਤਾਂ ਖੁਸ਼ ਕਿਸਮਤ ਵਾ ਜੋ ਇਸ ਦਰ ਤੇ ਪਹੁੰਚ ਗਿਆ, ਨਹੀਂ ਤੇ ਇਹ ਉਹ ਗੁਰੂ ਨਾਨਕ ਦਾ ਘਰ ਹੈ, ਆਪ ਜਾ ਕੇ ਕੋੜੀਆਂ ਦਾ ਬੂਹਾ ਹਟਾਉਂਦਾ ਹੈ।
ਗੁਰੂ ਨਾਨਕ ਪਾਤਸ਼ਾਹ ਵੱਲ ਇਸ਼ਾਰਾ ਕੀਤਾ, ਜਦੋਂ ਦਰਪਾਲਪੁਰ ਕੋਲੀ ਦੇ ਕਿਰਪਾ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ, ਉੱਧਰ ਇਸ਼ਾਰਾ ਕੀਤਾ ਵੀ ਇੱਥੇ ਬੈਠ ਕੇ ਗੁਰੂ ਗੁਰੂ ਕਰੀ ਜਾ। ਹੁਣ ਉੱਥੇ ਬੈਠ ਕੇ ਗੁਰੂ ਗੁਰੂ ਕਰਦਾ ਹੈ ਜੀ, ਤੇ ਜੋ ਸੰਗਤਾਂ ਕੋਲੋਂ ਲੰਘਦੀਆਂ ਨੇ ਧੂੜ ਚੁੱਕ ਕੇ ਸਰੀਰ ਨੂੰ ਮਲਦਾ ਹੈ, ਬਾਹਾਂ ਤੇ ਮਲਦਾ ਹੈ, ਗੁਰਸਿੱਖਾਂ ਦੀ ਧੂੜ ਚੁੱਕ ਕੇ ਮਸਤਕ ਤੇ ਲਾਉਂਦਾ ਹੈ, ਆਪਣੇ ਸਰੀਰ ਤੇ ਮਲਦਾ ਹੈ। ਪੜ੍ਹਦੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗੱਤ ਪਾਏ। ਇਹ ਗੁਰਸਿੱਖਾਂ ਦੀ ਧੂੜ ਚੁੱਕ ਕੇ ਮਸਤਕ ਨੂੰ ਲਾਉਂਦਾ ਹੈ ਜੀ, ਜਿਉਂ ਜਿਉਂ ਮਸਤਕ ਲਾ ਰਿਹਾ ਹੈ ਸਰੀਰ ਤੇ ਮਲਦਾ ਹੈ, ਹੱਥਾਂ ਤੇ ਮਲਦਾ ਹੈ, ਬਾਹਾਂ ਤੇ ਮਲਦਾ ਹੈ, ਇਹਦਾ ਕੋਰ ਦਾ ਰੋਗ ਦੂਰ ਹੁੰਦਾ ਜਾ ਰਿਹਾ ਹੈ, ਅੰਦਰ ਠੰਡ ਪੈਂਦੀ ਹੈ ਇਹਨੂੰ, ਗੁਰਸਿੱਖਾਂ ਦੀ ਧੂੜ। ਗੁਰਮੁਖੋ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗੱਤ ਪਾਏ। ਭਾਈ ਗੁਰਦਾਸ ਜੀ ਵੀ ਗੁਰਮੁਖੋ ਸਿੱਖ ਕੌਮ ਦੇ ਮਹਾਨ ਵਿਦਵਾਨ ਹੋਏ ਨੇ ਭਾਈ ਗੁਰਦਾਸ ਜੀ, ਗੁਰਸਿੱਖਾਂ ਦੇ ਬਾਰੇ ਗੁਰਮੁਖੋ ਪ੍ਰੇਮ ਚ ਲਿਖਦੇ ਨੇ, ਕਹਿੰਦੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿੰਨੇ ਵੀ ਰੋਮ ਨੇ ਮੈਂ ਟੋਟੇ ਟੋਟੇ ਕਰ ਦੇਵਾਂ ਉਹਨਾਂ ਦੇ, ਕੱਲੇ ਟੋਟੇ ਟੋਟੇ ਨਾ ਕਰਾਂ, ਫਿਰ ਉਹਨਾਂ ਨੂੰ ਅੱਗ ਦੇ ਵਿੱਚ ਸਾੜ ਦੇਵਾਂ, ਉਸ ਤੋਂ ਬਾਅਦ ਚੱਕੀ 'ਚ ਪੀ ਦੇਵਾਂ ਉਹਨਾਂ ਨੂੰ ਪੀ ਕੇ, ਫਿਰ ਜਿੱਥੋਂ ਦੀ ਗੁਰਸਿੱਖ ਲੰਘਦੇ ਨੇ ਉਹ ਰਸਤੇ 'ਤੇ ਖਿਲਾਰ ਦੇਵਾਂ, ਵੀ ਕਿਉਂ ਇਹ ਪਾਪੀ ਦਾ ਪਤਿਤ ਦਾ ਭਲਾ ਹੋ ਜਾਵੇ। ਨੱਕ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ, ਅਗਨ ਜਲਾਏ ਪੁਨ ਪੀਸਣ ਪਸਾਏ ਤਾਹੇ, ਲੈ ਉਡੇ ਪਵਨ ਹੋਏ ਅਣਕ ਪੜਕਾਰੀਏ, ਜਤ ਕਤ ਸਿੱਖ ਪੱਗ ਧਰੇ ਗੁਰਪੰਥ ਪ੍ਰਾਂਤ, ਤਾਹੂ ਤਾਹੂ ਮਾਰਗ ਮੈਂ ਪਸਮ ਕੋ ਡਾਰੀਏ, ਤਹ ਪਦ ਪਦ ਕਚਰਨ ਲਿਵ ਲਾਗੀ ਰਹੇ, ਦਇਆ ਕੇ ਦਿਆਲ ਮੋਹੇ ਪਤਿਤ ਉਧਾਰੀਏ, ਤਹ ਪਦ ਪਦਕ ਚਰਨ ਲਿਵ ਲਾਗੀ ਰਹੇ, ਦਇਆ ਕੇ ਦਿਆਲ ਮੋਹੇ ਪਤਿਤ ਉਧਾਰੀਏ। ਇਹ ਧੂੜ ਚੁੱਕ ਕੇ ਆਪਣੇ ਸਰੀਰ ਤੇ ਮਲਦਾ ਹੈ, ਮਸਤਕ ਨੂੰ ਲਾਉਂਦਾ ਹੈ, ਹੁਣ ਸਰੀਰ ਦਾ ਰੋਗ ਗੁਰਮੁਖੋ ਠੀਕ ਹੋ ਰਿਹਾ ਹੈ। ਜੋ ਮੇਰਾ ਸਰੀਰ ਨੂੰ ਰੋਗ ਲੱਗੇ ਸਨ, ਜੋ ਮੇਰੇ ਸਰੀਰ ਨੂੰ ਕਸ਼ਟ ਸੀ, ਮੈਨੂੰ ਗੁਰੂ ਮਿਲ ਪਿਆ, ਉਹ ਰੋਗ ਹੁਣ ਦੂਰ ਹੁੰਦਾ ਜਾ ਰਿਹਾ, ਗੁਰੂ ਦੀ ਕਿਰਪਾ ਦੇ ਨਾਲ ਉਹ ਰੋਗ ਖਤਮ ਹੁੰਦਾ ਜਾ ਰਿਹਾ ਹੈ, ਇਹ ਗੁਰੂ ਗੁਰੂ ਜਪਦਾ ਹੈ। ਇੱਧਰ ਇੱਕ ਦਿਨ ਪ੍ਰੇਮ ਦੇ ਵਿੱਚ ਵਿਰਾਗ ਦੇ ਵਿੱਚ ਅੱਖਾਂ 'ਚ ਅੱਥਰੂ ਨੇ, ਅੰਦਰੋਂ ਤਰਲੇ ਪਾ ਰਹੇ, ਹੇ ਗੁਰੂ ਅਮਰਦਾਸ ਜੀ ਪਿਤਾ ਜੀ ਕਿਰਪਾ ਕਰੋ ਕਿਰਪਾ ਕਰੋ, ਜੇ ਗਰੀਬ ਤੇ ਤਰਸ ਕੀਤਾ ਆਪਣੀ ਸ਼ਰਨ ਵਿੱਚ ਲੈ ਕੇ ਆਇਓ ਨਾ, ਕਿਰਪਾ ਕਰੋ ਮੇਰੇ ਪਾਪਾਂ ਨੂੰ ਮੇਰੇ ਗੁਨਾਹ ਨੂੰ ਬਖਸ਼ ਲਓ ਮਹਾਰਾਜ, ਕਿਰਪਾ ਕਰਕੇ ਮੈਨੂੰ ਬਖਸ਼ ਲਓ। ਹੁਣ ਬੇਨਤੀਆਂ ਕਰ ਰਿਹਾ, ਤਰਲੇ ਪਾ ਰਿਹਾ, ਅਜੇ ਬੈਠਾ ਬਾਹਰ ਹੀ ਆ। ਇੱਧਰ ਗੁਰਮੁਖੋ ਅੰਦਰ ਦੀਵਾਨ ਦੀ ਸਮਾਪਤੀ ਹੋਈ, ਅੱਜ ਗੁਰੂ ਅਮਰਦਾਸ ਜੀ ਆਖਣ ਲੱਗੇ ਸਿੱਖਾਂ ਨੂੰ, ਸਿੱਖੋ ਜਿਹੜਾ ਬਾਹਰ ਬੈਠਾ ਹੈ ਨਾ ਪੜ੍ਹਦਾ ਹੈ, ਮੇਰਾ ਗਿਆ ਕਛੋਟਾ ਜੀ ਲੱਦਾ ਫੇਰ ਲੱਦਾ ਫੇਰ, ਉਹਨੂੰ ਇਸ਼ਨਾਨ ਕਰਕੇ ਅੰਦਰ ਲੈ ਕੇ ਆਓ। ਸਿੱਖ ਗਏ ਜੀ, ਪੇਮੇ ਕੁੜੀ ਨੂੰ ਇਸ਼ਨਾਨ ਕਰਾਇਆ, ਪਹਿਲਾਂ ਇਸ਼ਨਾਨ ਕਰਾ ਕੇ ਤੇ ਅੰਦਰ ਸੋਹਣੇ ਵਸਤਰ ਪਾ ਕੇ ਗੁਰੂ ਅਮਰਦਾਸ ਦੇ ਸਾਹਮਣੇ ਲੈ ਆਏ ਸੰਗਤ ਵਿੱਚ।
ਹੁਣ ਜੇ ਸੰਗਤ ਚ ਲੈ ਕੇ ਆਏ ਤੇ ਭਾਈ ਪ੍ਰੇਮੇ ਨੇ ਗੁਰੂ ਅਮਰਦਾਸ ਦੇ ਚਰਨਾਂ ਤੇ ਆਪਣਾ ਮਸਤਕ ਰੱਖ ਦਿੱਤਾ। ਹੱਥ ਜੁੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਮੇਰੀਆਂ ਭੁੱਲਾਂ ਬਖਸ਼ ਲਓ, ਹੇ ਗੁਰੂ ਅਮਰਦਾਸ ਜੀ ਮੇਰੇ ਗੁਨਾਹ ਬਖਸ਼ ਲਓ, ਮੇਰੀਆਂ ਭੁੱਲਾਂ ਬਖਸ਼ ਲਓ। ਤੇ ਉਸ ਵੇਲੇ ਸਿੱਖ ਆਖਣ ਲੱਗੇ, ਵੇਖੋ ਮਹਾਰਾਜ, ਇਹ ਪ੍ਰੇਮਾ ਇਸ਼ਨਾਨ ਕਰਕੇ ਆਇਆ, ਸੋਹਣੇ ਵਸਤਰ ਪਾਏ ਨੇ, ਸੰਗਤ ਵਿੱਚ ਆਇਆ ਤੇ ਵੇਖੋ ਕਿੰਨਾ ਫੱਬਦਾ ਪਿਆ। ਜਿਵੇਂ ਕੋਈ ਲਾੜਾ ਫੱਬਦਾ ਨਾ, ਲਾੜਾ ਉਦਾਂ ਫੱਬਦਾ ਪਿਆ, ਕਿਵੇਂ ਫੱਬ ਰਿਹਾ ਏ, ਕਿੱਡਾ ਸੋਹਣਾ ਲੱਗਦਾ ਹੈ। ਤੇ ਗੁਰੂ ਅਮਰਦਾਸ ਜੀ ਪਿਤਾ ਜੀ ਮੌਜ ਵਿੱਚ ਆ ਗਏ, ਕਹਿੰਦੇ ਸੰਗਤ ਜੀ ਸਿੱਖੋ, ਜੇ ਤੁਸੀਂ ਆਖਿਆ ਨਾ ਇਹ ਲਾੜੇ ਵਾਂਗੂ ਫੱਬਦਾ ਪਿਆ ਤੇ ਇਹਨੂੰ ਫਿਰ ਲਾੜਾ ਹੀ ਬਣਾ ਦਿੰਦੇ ਹਾਂ। ਤੇ ਗੁਰੂ ਅਮਰਦਾਸ ਪਿਤਾ ਜੀ ਸੰਗਤ ਵਿੱਚ ਆਖਣ ਲੱਗੇ, ਸੰਗਤ ਜੀ ਅਸੀਂ ਪ੍ਰੇਮੇ ਦਾ ਆਨੰਦ ਵਧਾਉਣਾ ਹੈ, ਪ੍ਰੇਮੇ ਦਾ ਵਿਆਹ ਕਰਨਾ ਹੈ, ਹੈ ਕੋਈ ਸੰਗਤ ਵਿੱਚ ਜੋ ਆਪਣੀ ਧੀ ਦਾ ਰਿਸ਼ਤਾ ਦੇਵੇ। ਉਸ ਵੇਲੇ ਭਾਈ ਸ਼ੀਆ, ਭਾਈ ਸ਼ੀਆ ਉੱਪਲ ਖੱਤਰੀ ਹੱਥ ਜੁੜ ਕੇ ਅੱਗੇ ਆਇਆ, ਮਹਾਰਾਜ ਮੈਂ ਆਪਣੀ ਧੀ ਦਾ ਰਿਸ਼ਤਾ ਕਰਨ ਲਈ ਤਿਆਰ ਹਾਂ। ਜਦੋਂ ਇਹ ਗੱਲ ਸੰਗਤ ਨੇ ਸੁਣੀ, ਸ਼ੀਆ ਉੱਪਲ ਖੱਤਰੀ ਆਪਣੀ ਧੀ ਦਾ ਰਿਸ਼ਤਾ ਪ੍ਰੇਮੇ ਦੇ ਨਾਲ ਕਰ ਰਿਹਾ ਹੈ, ਤੇ ਸੰਗਤ ਚੋਂ ਜਾ ਕੇ ਨਾ ਕਿਸੇ ਨੇ ਇਹਦੀ ਘਰਵਾਲੀ, ਭਾਈ ਸ਼ੀਆ ਦੀ ਘਰਵਾਲੀ ਲੰਗਰ ਚ ਸੇਵਾ ਪਈ ਕਰਦੀ ਸੀ, ਸੰਗਤ ਚੋਂ ਜਾ ਕੇ ਕਿਸੇ ਆਖਿਆ ਤੂੰ ਇੱਥੇ ਰੋਟੀਆਂ ਪਕਾਈ ਜਾ, ਤੂੰ ਇੱਥੇ ਰੋਟੀਆਂ ਪਕਾਈ ਜਾ, ਉਹ ਤੇਰੇ ਘਰ ਵਾਲੇ ਨੇ ਤੇਰੀ ਧੀ ਮੱਥੋਂ ਦਾ ਰਿਸ਼ਤਾ ਕੋੜੀ ਨਾਲ ਕਰ ਦਿੱਤਾ ਜੀ, ਤੂੰ ਰੋਟੀਆਂ ਪਕਾਈ ਜਾ ਇੱਥੇ। ਉਹ ਘਰ ਵਾਲੀ ਗਾਢੀ ਸੀ, ਸੋਰੀ ਭਾਈ ਸ਼ੀਆ ਦੀ ਘਰਵਾਲੀ, ਉਹ ਭੱਜੀ ਭੱਜੀ ਆਈ ਵੀ ਇਹ ਕੀ ਹੋ ਗਿਆ। ਤੁਹਾਨੂੰ ਪਤਾ ਕਈ ਜਗ੍ਹਾ 'ਤੇ ਬੀਬੀਆਂ ਡਾਢੀਆਂ ਹੁੰਦੀਆਂ ਨੇ, ਕਈ ਜਗ੍ਹਾ 'ਤੇ ਬੰਦੇ ਡਾਢੇ ਹੁੰਦੇ ਨੇ। ਸੁਖਰਾਤ ਸੀ ਨਾ, ਸੁਖਰਾਤ ਬਾਹਰ ਲੋਕ ਇੰਨਾ ਸਤਿਕਾਰ ਕਰਦੇ ਸਨ, ਬਹੁਤ ਵੱਡਾ ਫਿਲਾਸਫਰ ਹੋਇਆ ਜੀ ਸੁਖਰਾਤ, ਬਾਹਰ ਲੋਕਾਂ ਨੇ ਬੜਾ ਸਤਿਕਾਰ ਕਰਨਾ ਅਤੇ ਘਰ ਆਉਣਾ ਘਰਵਾਲੀ ਨੇ ਮੰਦਾ ਚੰਗਾ ਬੋਲਣਾ ਜੀ, ਬੜੇ ਭੈੜੇ ਭੈੜੇ ਸ਼ਬਦ ਬੋਲੇ ਇਹਨੂੰ। ਅਤੇ ਇੱਕ ਦਿਨ ਬਾਹਰ ਉਹ ਆਇਆ, ਕੁਝ ਸਰੀਰ ਨਾਲ ਨੇ ਇਹਦੇ, ਇਹਦੀ ਘਰਵਾਲੀ ਨੇ ਬੜੇ ਮੰਦੇ ਬੋਲ ਬੋਲੇ ਉਹਨੂੰ ਸੁਖਰਾਤ ਨੂੰ, ਅਤੇ ਭਾਂਡੇ ਧੋ ਰਹੀ ਸੀ, ਭਾਂਡੇ ਜੋ ਭਾਂਡੇ ਧੋਂਦੀ ਪਈ ਸੀ ਉਹ ਪਾਣੀ ਮੈਲਾ ਸੀ, ਅਤੇ ਕੀ ਕੀਤਾ ਐਡੇ ਗੁੱਸੇ 'ਚ ਆਈ ਤਾਂ ਉਹ ਮੈਲਾ ਪਾਣੀ ਸੁਖਰਾਤ ਦੇ ਸਿਰ 'ਤੇ ਪਾ ਦਿੱਤਾ ਨੇ। ਉਹ ਨਾਲ ਦੇ ਕਹਿੰਦੇ ਸੁਖਰਾਤ ਜੀ ਇਹ ਕੀ, ਤੁਹਾਡੀ ਘਰਵਾਲੀ ਜੀ ਤੁਹਾਡੇ 'ਤੇ ਮੈਲਾ ਪਾਣੀ ਪਾ ਦਿੱਤਾ, ਗੰਦਾ ਪਾਣੀ ਪਾ ਦਿੱਤਾ। ਕਹਿੰਦਾ ਕੁਝ ਨਹੀਂ ਹੋਇਆ, ਕੁਝ ਨਹੀਂ ਹੋਇਆ। ਕਹਿੰਦੇ ਗੰਦਾ ਪਾਣੀ ਪਾ ਦਿੱਤਾ, ਮੈਲਾ ਪਾਣੀ ਪਾ ਤਾ, ਹੋਇਆ ਕਿਹੜੀ। ਕਹਿੰਦਾ ਕੁਝ ਨਹੀਂ ਹੋਇਆ, ਕਹਾਵਤ ਬਸ ਬਦਲੀ ਹੈ, ਜੋ ਗਰਜਤੇ ਹੈ ਵੋ ਬਰਸਤੇ ਨਹੀਂ, ਬਸ ਇਹ ਕਹਾਵਤ ਬਦਲੀ, ਇਹ ਬਰਸ ਵੀ ਗਈ ਹੈ। ਕਈ ਜਨਾਨੀਆਂ ਡਾਢੀਆਂ ਆਉਂਦੀਆਂ, ਇਹ ਸ਼ੀਏ ਦੀ, ਭਾਈ ਸ਼ੀਏ ਦੀ ਘਰਵਾਲੀ ਭੱਜੀ ਭੱਜੀ ਆਈ, ਮਹਾਰਾਜ ਇਹ ਕੀ, ਮੇਰੀ ਧੀ ਦਾ ਰਿਸ਼ਤਾ ਕੋੜੀ ਦੇ ਨਾਲ ਕਰਦੇ ਪਏ ਹੋ। ਉਸ ਵੇਲੇ ਗੁਰੂ ਅਮਰਦਾਸ ਜੀ ਆਖਣ ਲੱਗੇ, ਇਹ ਹੁਣ ਕੋੜੀ ਨਹੀਂ ਰਿਹਾ, ਇਹ ਸੰਗਤ 'ਚ ਆ ਗਿਆ, ਇਹਦੇ ਉੱਪਰ ਗੁਰੂ ਨਾਨਕ ਦੀ ਕਿਰਪਾ ਹੋ ਗਈ ਆ, ਇਹ ਹੁਣ ਸਾਡਾ ਪੁੱਤਰ ਬਣ ਗਿਆ। ਉਹ ਆਖਣ ਕਿ ਨਾ ਕੋਈ ਇਹਦਾ ਅੰਨਾ, ਨਾ ਕੋਈ ਬੰਨਾ, ਨਾ ਕੋਈ ਜਾਤ, ਨਾ ਪਾਤ ਦਾ ਪਤਾ, ਇਹ ਕੰਮ ਕਰ ਕੀ ਕਰਦਾ। ਕਹਿੰਦੇ ਇਹਦੀ ਜਾਤ ਪਾਤ ਸੰਗਤ ਹੈ, ਇਹਦੇ ਮਾਤਾ ਪਿਤਾ ਅੱਜ ਤੋਂ ਅਮਰਦਾਸ ਜੀ ਨੇ, ਵੇਖੋ ਅੱਜ ਤੋਂ ਇਹ ਸਾਡਾ ਪੁੱਤਰ ਹੈ। ਜਦੋਂ ਇਹ ਗੱਲ ਆਖੀ ਨਾ, ਇਹਦਾ ਮਾਤਾ ਪਿਤਾ ਅਮਰਦਾਸ ਹੈ,
ਉਸ ਵੇਲੇ ਛੇ ਉੱਪਰ ਖੱਤਰੀ ਦੀ ਘਰਵਾਲੀ ਹੱਥ ਜੋੜਤੇ, ਮਹਾਰਾਜ ਮੈਨੂੰ ਮਨਜ਼ੂਰ ਹੈ ਰਿਸ਼ਤਾ। ਆਨੰਦ ਭਰਾਇਆ ਜੀ, ਰਿਸ਼ਤਾ ਹੋਇਆ। ਹੁਣ ਰਿਸ਼ਤਾ ਹੋਇਆ ਤਾਂ ਗੁਰੂ ਅਮਰਦਾਸ ਜੀ ਨੇ ਉਹ ਵੱਡੀਆਂ ਬਖਸ਼ਿਸ਼ਾਂ ਕੀਤੀਆਂ, ਵੱਡੀਆਂ ਬਖਸ਼ਿਸ਼ਾਂ। ਕਿਹੜੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਜੀ? ਪੰਜ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਪਹਿਲੀ ਬਖਸ਼ਿਸ਼ ਕੀਤੀ, ਇਹਦਾ ਸਰੀਰ ਤੰਦਰੁਸਤ ਕਰ ਦਿੱਤਾ, ਭਾਵ ਇਹਨੂੰ ਰੋਗ ਤੋਂ ਮੁਕਤ ਕਰ ਦਿੱਤਾ। ਦੂਸਰੀ ਬਖਸ਼ਿਸ਼ ਕੀਤੀ, ਇਹ ਪ੍ਰੇਮੇ ਕੋੜੀ ਦਾ ਨਾਮ ਬਦਲ ਦਿੱਤਾ। ਨਾਮ ਬਦਲ ਕੇ ਪਤਾ ਕੀ ਰੱਖਿਆ? ਮੁਰਾਰੀ। ਮੁਰਾਰੀ ਪਰਮੇਸ਼ਰ ਦਾ ਨਾਮ ਹੈਗਾ। ਮੁੱਖ ਸਤਿਗੁਰੂ ਕਹਿੰਦੇ ਗੱਲ ਨੂੰ ਕਿਤੇ ਇਹ ਨਾਂ ਪੱਕਿਆ ਹੋਇਆ, ਲੋਕ ਇਹ ਨਾ ਕਹੀ ਜਾਣ ਇਹ ਪ੍ਰੇਮਾ ਕੋੜੀ, ਪ੍ਰੇਮਾ ਕੋੜੀ ਕਹੀ ਜਾਣ। ਅੱਜ ਤੋਂ ਅਸੀਂ ਤਾਂ ਇਹਦਾ ਨਾਮ ਬਦਲ ਦੇਵਾਂਗੇ। ਬਦਲ ਕੇ ਕੀ ਰੱਖਿਆ ਜੀ? ਮੁਰਾਰੀ। ਇਹਦੀ ਘਰਵਾਲੀ ਦਾ ਨਾਂ ਮੱਥੋ ਸੀ, ਇਹਦਾ ਨਾਂ ਮੁਰਾਰੀ। ਤੀਸਰੀ ਬਖਸ਼ਿਸ਼ ਮਹਾਰਾਜ ਨੇ ਕੀਤੀ, ਇਹਦਾ ਵਿਆਹ ਕਰ ਦਿੱਤਾ ਭਾਈ ਸ਼ੀ ਉੱਪਲ ਖੱਤਰੀ ਦੀ ਬੇਟੀ ਦੇ ਨਾਲ। ਚੌਥੀ ਬਖਸ਼ਿਸ਼ ਸਤਿਗੁਰ ਨੇ ਕੀਤੀ, ਇਹ ਮੁਰਾਰੀ ਨੂੰ ਆਪਣਾ ਪੁੱਤਰ ਬਣਾ ਲਿਆ। ਅੱਜ ਤੋਂ ਬਾਅਦ ਇਹ ਸਾਡਾ ਪੁੱਤਰ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਆਪਣਾ ਪੁੱਤਰ ਬਣਾ ਲਿਆ ਇਹਨੂੰ, ਮੁਰਾਰੀ ਨੂੰ। ਵੇਖੋ ਕਿੱਡੀ ਵੱਡੀ ਬਖਸ਼ਿਸ਼। ਅਤੇ ਪੰਜਵੀਂ ਵੱਡੀ ਬਖਸ਼ਿਸ਼ ਕੀਤੀ, ਜਿਸ ਵੇਲੇ ਗੁਰੂ ਅਮਰਦਾਸ ਪਿਤਾ ਜੀ ਨੇ 22 ਮੰਜੀਆਂ ਥਾਪੀਆਂ ਨਾ, 22 ਮੰਜੀਆਂ, ਇਹ 22 ਮੰਜੀਆਂ ਦੇ ਵਿੱਚੋਂ ਸਤਿਗੁਰੂ ਜੀ ਨੇ ਇੱਕ ਮੰਜੀ ਪ੍ਰਚਾਰ ਵਾਸਤੇ, ਗੁਰੂ ਨਾਨਕ ਦੇ ਘਰ ਦੇ ਪ੍ਰਚਾਰ ਵਾਸਤੇ, ਸਿੱਖੀ ਦੇ ਪ੍ਰਚਾਰ ਵਾਸਤੇ ਇਹ ਮੱਥੋ ਮੁਰਾਰੀ ਨੂੰ ਸੌਂਪੀ ਇੱਕ ਮੰਜੀ ਜੀ। ਇੱਥੋਂ ਤੱਕ ਗੁਰਮੁਖ ਵੇਖੋ, ਇੱਕ ਉਹ ਸਮਾਂ ਹੈ, ਰਿਸ਼ਤੇਦਾਰ ਵੀ ਛੱਡ ਕੇ ਚਲੇ ਗਏ, ਪਿੰਡ ਵਾਲੇ ਵੀ ਛੱਡ ਕੇ ਚਲੇ ਗਏ। ਅੱਜ ਗੁਰੂ ਅਮਰਦਾਸ ਪਿਤਾ ਜੀ ਨੇ ਕਿਰਪਾ ਕੀਤੀ, ਕੱਚੋ ਕੰਚਨ ਭਇਓ ਸ਼ਬਦ ਗੁਰੂ ਸਰਵਨੇ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ, ਪਾਹਨ ਮਾਨ ਕਰੇ ਗਿਆਨ ਗੁਰ ਕਹਿਓ ਵਿਚਾਰੇ, ਕਾਠੋ ਸ੍ਰੀਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਿਆ, ਸਤਿਗੁਰ ਚਰਜਨ ਪੜਸਿਆ ਸੇ ਪਸ ਪ੍ਰੇਤ ਸੁਰ ਨਰ ਭਇਆ। ਬਖਸ਼ਿਸ਼ ਕਰਤੀ ਗੁਰਮੁਖ, ਐਡੀ ਵੱਡੀ, ਇਹਨੂੰ ਪ੍ਰਚਾਰਕ ਬਣਾ ਦਿੱਤਾ ਇਸੇ ਮੱਥੋ ਮੁਰਾਰੀ ਨੇ। ਗੁਰਮੁਖੋ ਦੂਰ ਦੂਰ ਤੱਕ ਸਿੱਖੀ ਦਾ ਪ੍ਰਚਾਰ ਕੀਤਾ, ਦੂਰ ਦੂਰ ਤੱਕ ਸਿੱਖੀ ਦਾ ਪ੍ਰਚਾਰ। ਕਿਰਪਾ ਕਹਿੰਦੀ ਜੀ ਗੁਰੂ ਅਮਰਦਾਸ ਜੀ ਦੀ, ਪ੍ਰੇਮ ਦੇ ਨਾਲ ਨਾਲ ਪ੍ਰਿਓ ਜੀ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ,
ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਐਡੀਆਂ ਬਖਸ਼ਿਸ਼ਾਂ ਕੀਤੀਆਂ ਕਿਹਦੇ ਸਦਕੇ ਗੁਰਮੁਖੋ, ਇਹਨੇ ਸਾਰੀਆਂ ਆਸਾਂ ਛੱਡ ਦਿੱਤੀਆਂ ਸਨ, ਸਾਰੀਆਂ ਆਸਾਂ ਛੱਡ ਕੇ ਅੰਦਰੋਂ ਢਹਿ ਕੇ ਗੁਰੂ ਅਮਰਦਾਸ ਦੀ ਸ਼ਰਨ ਵਿੱਚ ਆਇਆ ਤੇ ਗੁਰੂ ਅਮਰਦਾਸ ਜੀ ਨੇ ਇਹਦਾ ਰੋਗ ਵੀ ਦੂਰ ਕੀਤਾ, ਇਹਦਾ ਵਿਆਹ ਵੀ ਕਰ ਦਿੱਤਾ, ਇਹਨੂੰ ਆਪਣਾ ਪੁੱਤਰ ਵੀ ਬਣਾ ਲਿਆ, ਇਹਦਾ ਨਾਮ ਵੀ ਬਦਲ ਦਿੱਤਾ ਤੇ ਇਹਨੂੰ ਸਿੱਖੀ ਦਾ ਪ੍ਰਚਾਰਕ ਵੀ ਬਣਾ ਦਿੱਤਾ।